ਮੇਰੀ ਗੱਲ ਸੁਣ ਬਾਈ ਜੰਗ ਸਿਆਂ, ਜਿਹੜੇ 40 ਕਿੱਲਿਆਂ ਦਾ ਕਬਜ਼ਾ ਮੈਂ ਤੈਨੂੰ ਛਡਵਾ ਕੇ ਦਿੱਤਾ ਨਾ, ਮੈਨੂੰ ਉਸ ਦੇ ਵਿੱਚੋਂ ਆਪਣਾ ਹਿੱਸਾ ਚਾਹੀਦਾ। ਸੁਣ ਜੱਗਿਆ, ਤੂੰ ਜੋ ਵੀ ਕੁਝ ਕਰਿਆ ਉਹ ਸਾਡੇ ਸਿਰ ਤੇ ਕਰਿਆ, ਅਸੀਂ ਤੇਰੀ ਸਪੋਰਟ ਕਰੀ ਹੈ, ਉਹ ਤੇਰੀ ਇਕੱਲੇ ਦੀ ਕੀ ਘਾਤ ਆ ਤੂੰ ਇਹ ਕੰਮ ਕਰ ਲਵੇਂ। ਵੇਖ ਜੰਗਿਆ, ਜੱਗਾ ਆਪਣਾ ਹਿੱਸਾ ਲੈਣਾ ਜਾਣਦਾ, ਔਰ ਤੂੰ ਨਹੀਂ ਜਾਣਦਾ ਕਿ ਜੱਗਾ ਕਿਸ ਬਲਾ ਦਾ ਨਾਂ। ਕਬੂਤਰੀ ਉੱਡੀ ਨਾ ਗਏ, ਮਤਾ ਬਾਈ ਨੇ ਕਲਾਸ ਲਾ ਦੇਣੀ ਆ, ਗਾਨਾ ਮਾਰ ਦੂ ਆਪਾਂ ਨੂੰ ਦਾ ਉਹ ਆ ਗਈ, ਉਹ ਆ ਗਈ, ਉਹ ਲੱਗਦਾ ਚਲੋ ਚਾਚਾ। ਗੋਭੀ ਤਾਂ ਵਧੀਆ ਅੱਜ, ਹਾਂ ਕੋਈ ਵਧੀਆ ਹੋਈ ਆ, ਫਸਲ ਸਾਰੀ ਵਧੀਆ ਹੋਈ ਆ। ਇੱਕ ਵਾਰੀ ਸਪਰੇਅ ਨਾ ਕਰਾ ਦਈਏ ਇਸਨੇ? ਮੈਂ ਕਹਿੰਦਾ ਇੱਕ ਵਾਰੀ ਕਰਵਾ ਦਈਏ ਤਾਂ ਸਾਰੀ ਸੁੰਡੀ ਸੰਡੀ ਮਰ ਜੂਗੀ, ਪਾਣੀ ਵੀ ਲੱਗਣ ਵਾਲਾ। ਉਹ ਸਤਨਾਮ, ਉਹ ਕੁੜੀ ਕਿਹਨਾਂ ਦੀ ਭੱਜੀ ਆਉਂਦੀ ਹੈ? ਇਹ ਤਾਂ ਲੱਗਦਾ ਜਿੱਦਾਂ ਮੁੰਡੇ ਮਗਰ ਲੱਗੇ ਹੋਏ ਨੇ। ਵੇਖਾਂ ਨਾ ਇੱਕ ਮਿੰਟ। ਹਾਂ ਕੀ ਗੱਲ, ਕੁੜੀ ਦੇ ਮਗਰ ਕਿਉਂ ਲੱਗੇ ਹੋਏ? ਕੁੜੀ ਨੂੰ ਸਾਡੇ ਹਵਾਲੇ ਕਰਦੇ ਸਤਨਾਮ, ਤੂੰ ਇਹਨੂੰ ਬਚਾ ਕੇ ਕੀ ਲੈਣਾ? ਇਹ ਤੇਰੇ ਦੁਸ਼ਮਣ ਚੰਗੇ ਦੀ ਕੁੜੀ ਹੈ। ਉਹ ਕੁੜੀ ਆਪਦੀ ਹੋਵੇ ਜਾਂ ਦੁਸ਼ਮਣ ਦੀ, ਇਹ ਸਬਜ਼ੀਆਂ ਸਾਂਝੀਆਂ ਹੁੰਦੀਆਂ, ਕਿਸੇ ਦੀ ਇੱਜ਼ਤ ਨਹੀਂ ਰੋਲੀ ਦੀ। ਅਸੀਂ ਤਾਂ ਬਦਮਾਸ਼ ਹੁੰਦੇ ਹਾਂ, ਅਸੀਂ ਤਾਂ ਇੱਦਾਂ ਹੀ ਕਰਾਂਗੇ। ਬਦਮਾਸ਼ ਜਾਂ ਫਿਰ ਕਿਹੜੇ ਬਦਮਾਸ਼ ਆ, ਕਿਹੜੇ ਬਦਮਾਸ਼ ਆ, ਇਹ ਬਦਮਾਸ਼ ਕਿਹੜੇ ਪਿੰਡ ਦੀ ਆ ਤੂੰ ਕੁੜੀ? ਮੈਂ ਵੀ ਜੀ ਪੁੱਲੇ ਪਿੰਡ ਤੋਂ ਆ, ਸਰਦਾਰ ਜੰਗੇ ਸਿੰਘ ਦੀ ਧੀ ਆ। ਅੱਛਾ, ਮੈਂ ਚਲ ਚੁੱਪ ਕਰ ਤੂੰ, ਚੁੱਪ ਚੁੱਪ। ਓ ਜੀਤਾ, ਆ ਮੈਂ ਆ, ਇਧਰ ਗੱਲ ਸੁਣ। ਜੀ ਵੀਰ ਜੀ, ਇਹ ਨਾ ਜੰਗੇ ਦੀ ਕੁੜੀ ਆ, ਇਹਨੂੰ ਉਹਦੇ ਘਰ ਛੱਡ ਗਿਆ ਚਾਚੇ ਨੂੰ ਨਾਲ ਲੈ ਕੇ। ਠੀਕ ਹੈ ਵੀਰ ਜੀ, ਚਲੋ ਬਈ ਆਓ ਜੀ। ਖਿਆਲ ਰੱਖੀ ਬਈ, ਦੇਖਿਆ ਮੇਰੇ ਵੀਰ ਦੀ ਪਾਵਰ, ਤੂੰ ਆਪ ਨਾ ਕਰੀ ਕੁਛ, ਮਜ਼ਾ ਲੈਂਦਾ ਨਹੀਂ ਬੈਠਾ। ਮੇਰਾ ਟਾਈਮ ਆਇਆ ਜਿੱਥੇ ਮੈਂ ਵੀ ਕਰੂੰਗਾ, ਮੈਨੂੰ ਮਾਣ ਸੀ ਆਪਣੇ ਵੀਰ ਤੇ। ਚਲ ਕੀ ਗੱਲ ਹੋਈ ਆ ਕੁੜੀ? ਪਾਵਲਾ ਜੀ, ਤੇਰੀ ਪੱਗ ਰੋਲ ਗਈ ਸੀ।
ਬਲਦੇ ਪੰਬੜ ਵਿੱਚ ਕਿਹਨੇ ਹੱਥ ਪਾਇਆ? ਮੈਂ ਉਸ ਦੀਆਂ ਜੜਾਂ ਪੜਦੂ, ਪਰ ਇੱਕ ਵਾਰੀ ਮੈਨੂੰ ਨਾ ਦੱਸ ਕੁੜ ਗਏ। ਇਹ ਮੈਨੂੰ ਲੱਗਦਾ ਹੈ ਸਤਨਾਮ ਦੇ ਬੰਦਿਆਂ ਦਾ ਕੰਮ ਹੈ। ਨਹੀਂ, ਇਹ ਤੁਹਾਡੇ ਦੁਸ਼ਮਣ ਸਤਨਾਮ ਦਾ ਨਹੀਂ, ਤੁਹਾਡੇ ਬਾਬਾ ਦਾ ਜੱਗੇ ਦਾ ਕੰਮ। ਓਏ ਉਹਦੇ ਕੁੱਤੇ ਦੀਆਂ ਪੂਛਾਂ ਨੂੰ ਵੱਢਿਆ ਨਾ, ਇੰਨਾ ਉਹਦੇ ਪਿੱਤਲ ਦਾਗੂ ਸੜਦੇ ਕਰ ਵੱਢਿਆ ਵੀ ਰਾਸ ਨਹੀਂ ਆਉਣਾ। ਚੱਕਿਆ ਚੱਕਿਆ।